ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਚੈਨਲ 'ਤੇ। ਤਾਂ ਦੇਖੋ ਜੀ, ਪੰਜਾਬ ਪੁਲਿਸ ਕਾਂਸਟੇਬਲ ਦੀ ਆਂਸਰ ਕੀ ਆ ਚੁੱਕੀ ਹੈ, ਜਿਸ ਤੋਂ ਤੁਸੀਂ ਆਪਣੇ ਨੰਬਰਾਂ ਦਾ ਅੰਦਾਜ਼ਾ ਲਗਾ ਸਕਦੇ ਹੋ। ਤਾਂ ਆਪਾਂ ਗੱਲ ਕਰਦੇ ਹਾਂ ਕਿ ਕਿੰਨੇ ਕੁ ਨੰਬਰ ਵਾਲੇ ਸੇਫ ਨੇ। ਜੇਕਰ ਆਪਾਂ ਦੋਸਤੋ ਪ੍ਰੀਵੀਅਸ ਈਅਰ ਦੀਆਂ ਪੋਸਟਾਂ ਦੇਖੀਏ, ਤਾਂ ਉਹਨਾਂ ਦੇ ਵਿੱਚ ਆਪਣੇ 78, 75, 79 ਇੱਥੋਂ ਤੱਕ ਮੈਰਿਟ ਜਾ ਚੁੱਕੀ ਹੈ। ਸੋ ਜੇ ਹੁਣ ਵੀ ਆਪਾਂ ਗੱਲ ਕਰੀਏ ਤਾਂ ਮੈਰਿਟ ਇਹਨਾਂ ਦੇ ਨੇੜੇ ਤੇੜੇ ਹੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਦੇਖੋ 75 ਪਲੱਸ ਤਾਂ ਆਲਵੇਜ਼ ਨੰਬਰ ਰਹਿੰਦੇ ਹੀ ਰਹਿੰਦੇ ਨੇ, ਪਰ ਆਪਾਂ 75 ਪਲੱਸ ਅਪਰ ਦੀ ਗੱਲ ਕਰੀਏ ਤਾਂ 80 ਤੱਕ ਮੈਰਿਟ ਜਾਏਗੀ। ਅਤੇ ਆਂਸਰ ਕੀ ਤੋਂ ਬਾਅਦ ਜੇਕਰ ਤੁਸੀਂ ਆਪਣੇ ਨੰਬਰ ਚੈੱਕ ਕਰ ਲੈਣੇ ਕਿ ਕਿੰਨੇ ਬਣੇ ਨੇ, ਤਾਂ ਉਹ ਕਮੈਂਟਾਂ ਵਿੱਚ ਜ਼ਰੂਰ ਦੱਸਣਾ। ਅਤੇ ਦੇਖੋ ਹੁਣ ਆਂਸਰ ਕੀ ਤੋਂ ਬਾਅਦ ਤੁਹਾਨੂੰ ਨੰਬਰ ਤਾਂ ਆਪਣੇ ਪਤਾ ਚੱਲ ਹੀ ਗਏ ਨੇ। ਸੋ ਹੁਣ ਆਪਾਂ ਗੱਲ ਕਰਦੇ ਹਾਂ ਫਿਜ਼ੀਕਲ ਦੀ ਤਿਆਰੀ ਕਿੰਨੇ ਨੰਬਰ ਵਾਲੇ ਕਰਨ, ਤਾਂ 75 ਜਿਨ੍ਹਾਂ ਦੇ ਪਲੱਸ ਬਣ ਰਹੇ ਨੇ ਜਾਂ 70-20 ਪਲੱਸ ਬਣ ਰਹੇ ਨੇ, ਜੇਕਰ ਹਾਂ ਉਹਨਾਂ ਕੋਲ ਟਾਈਮ ਹੈ ਤਾਂ ਫਿਜ਼ੀਕਲ ਦੀ ਤਿਆਰੀ ਜ਼ਰੂਰ ਕਰਨ, ਕਿਉਂਕਿ ਹੋ ਸਕਦਾ ਹੈ ਕਿ ਜਿਹੜੇ ਪਹਿਲਾਂ ਗਏ ਨੇ ਉਹ ਮੋਸਟਲੀ ਜਿਹੜੇ ਬਹੁਤ ਸਾਲ ਤੋਂ ਤਿਆਰੀ ਕਰ ਰਹੇ ਸੀਗੇ, ਹੁਣ ਵੀ ਜਿਹੜੇ ਲੱਗਣਗੇ ਉਹ ਜਿਹੜੇ ਇੱਕ ਦੋ ਨੰਬਰਾਂ ਤੋਂ ਰਹਿ ਗਏ ਸੀ, ਬਸ ਉਹਨਾਂ ਦੀ ਹੀ ਵਾਰੀ ਆਏਗੀ। ਜੇਕਰ ਆਪਾਂ ਦੋਸਤੋ ਕੱਟ ਆਫ ਮਾਰਕਸ ਦੀ ਗੱਲ ਕਰੀਏ ਤਾਂ ਕੈਟਾਗਰੀ ਦੇ ਵਿੱਚ ਕਿੰਨੀ ਮੈਰਿਟ ਜਾ ਸਕਦੀ ਹੈ, ਤਾਂ ਦੋਸਤੋ ਕੈਟਾਗਰੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਿਛਲੀਆਂ ਪੋਸਟਾਂ ਦੇ ਵਿੱਚ ਦੌਰਾਨ ਪਤਾ ਲੱਗ ਗਿਆ ਕਿ ਕੱਟ ਆਫ ਬਹੁਤ ਮਤਲਬ ਕਿ ਰੇਅਰ ਚਾਂਸ ਹੁੰਦੇ ਨੇ ਕਿ 70 ਤੋਂ ਥੱਲੇ ਜਾਏ। 70 ਤੋਂ ਥੱਲੇ ਵੀ ਸਿਰਫ ਉਹ ਕੁਝ ਕੈਟਾਗਰੀਆਂ ਦੇ ਵਿੱਚ ਹੀ ਜਿਹੜੀ ਜਾਂਦੀ ਹੈ। ਜੇਕਰ ਆਪਾਂ BC ਜਨਰਲ ਕੋਟੇ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਹਮੇਸ਼ਾ ਹੀ 80 ਦੇ ਨੇੜੇ ਤੇੜੇ ਹੀ ਰਹਿੰਦੀ ਹੈ। ਸੋ ਦੋਸਤੋ ਜੇਕਰ ਤੁਹਾਡੇ ਪਿਛਲੀ ਵਾਰੀ ਪੇਪਰ ਇੱਕ ਦੋ ਨੰਬਰਾਂ ਤੋਂ ਰਹਿ ਗਿਆ ਸੀ ਤਾਂ ਹੁਣ ਜ਼ਰੂਰ ਤਿਆਰੀ ਕਰ ਲਿਆ ਜੀ, ਕਿਉਂਕਿ ਹੁਣ ਉਹੀ ਲੱਗਣਗੇ ਜਿਹੜੇ ਪਿਛਲੀ ਵਾਰ ਇੱਕ ਦੋ ਨੰਬਰਾਂ ਤੋਂ ਰਹਿ ਗਏ ਸੀ। ਅਤੇ ਜੇਕਰ ਤੁਸੀਂ ਹੁਣ ਤੱਕ ਵੀਡੀਓ ਦੇਖ ਰਹੇ ਹੋ ਤਾਂ ਮਤਲਬ ਕਿ ਤੁਹਾਨੂੰ ਜ਼ਰੂਰ ਵੀਡੀਓ ਚੰਗੀ ਲੱਗੀ ਹੈ, ਤਾਂ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਨੰਬਰ ਕਮੈਂਟ ਵਿੱਚ ਜ਼ਰੂਰ ਦੱਸਣਾ। ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ। ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ।